ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜਿਵੇਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਦੀ ਕਿੰਗ ਆਫ ਲਾਈਵ ਸਟੇਜ ਯਾਨੀ ਕਿ ਤੁਹਾਡੇ ਸਭ ਦੇ ਫੇਵਰੇਟ ਰੇਸ਼ਮ ਸਿੰਘ ਅਨਮੋਲ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜੋ ਬਹੁਤ ਹੀ ਵਧੀਆ ਸਿੰਗਰ ਨੇ ਤੇ ਲੀਰਿਸਿਸਟ ਵੀ ਨੇ। ਸੋ ਦੋਸਤੋ, ਅੱਜ ਆਪਾਂ ਰੇਸ਼ਮ ਸਿੰਘ ਅਨਮੋਲ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਤੇ ਉਹਨਾਂ ਦੀਆਂ ਕਾਰਾਂ ਬਾਰੇ ਵੀ ਗੱਲ ਕਰਾਂਗੇ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ। ਪਰ ਦੋਸਤੋ, ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਰੇਸ਼ਮ ਸਿੰਘ ਅਨਮੋਲ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਰੇਸ਼ਮ ਸਿੰਘ ਅਨਮੋਲ ਦਾ ਜਨਮ 15 ਨਵੰਬਰ 1983 ਨੂੰ ਸਰਦਾਰ ਬਿਸ਼ਨ ਸਿੰਘ ਨੰਬਰਦਾਰ ਦੇ ਘਰ ਪਿੰਡ ਨਖਤਪੁਰ ਸਿਟੀ ਅੰਬਾਲਾ ਹਰਿਆਣਾ ਵਿਖੇ ਹੋਇਆ ਤੇ ਰੇਸ਼ਮ ਸਿੰਘ ਅਨਮੋਲ ਦੀ ਉਮਰ ਉਦੋਂ ਸਿਰਫ 3 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਸਰਦਾਰ ਬਿਸ਼ਨ ਸਿੰਘ ਜੀ ਦੀ ਡੈਥ ਹੋ ਗਈ ਤੇ ਪਰਿਵਾਰ ਤੇ ਬਹੁਤ ਹੀ ਵੱਡਾ ਸੰਕਟ ਆਇਆ। ਪਰ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਵੱਡੇ ਭਰਾ ਨਿਰਮਲ ਸਿੰਘ ਨੇ ਪਰਿਵਾਰ ਨੂੰ ਸੰਭਾਲਿਆ ਤੇ ਫਿਰ ਡਾਕਟਰ ਨਿਰਮਲ ਸਿੰਘ ਨੇ ਹੀ ਉਹਨਾਂ ਨੂੰ ਤੇ ਉਹਨਾਂ ਦੇ ਦੂਜੇ ਭਰਾ ਐਡਵੋਕੇਟ ਸਰਵਣ ਸਿੰਘ ਨੂੰ ਪੜ੍ਹਾਇਆ, ਉਹਨਾਂ ਦਾ ਪਾਲਣ ਪੋਸ਼ਣ ਕੀਤਾ, ਜੋ ਕਿ ਅੱਜ ਕੱਲ੍ਹ UK ਵਿੱਚ ਨੇ। ਸੋ ਦੋਸਤੋ, ਨਿਰਮਲ ਸਿੰਘ ਆਪ ਵੀ ਬਹੁਤ ਹੀ ਕਾਬਲ ਇਨਸਾਨ ਨੇ। ਉਹਨਾਂ ਨੇ ਖੁਦ ਵੀ ਟ੍ਰਿਪਲ MA ਕੀਤੀ, MED ਕੀਤੀ, MPhil ਕੀਤੀ, PhD ਕੀਤੀ ਤੇ ਉਹ ਬਹੁਤ ਹੀ ਇੱਕ ਸਫਲ ਕਿਸਾਨ ਨੇ ਜੋ ਕਿ ਔਰਗੈਨਿਕ ਖੇਤੀ ਕਰਦੇ ਆ। ਸੋ ਰੇਸ਼ਮ ਸਿੰਘ ਅਨਮੋਲ ਨੂੰ ਵੀ ਖੇਤੀ ਨਾਲ ਬਹੁਤ ਜ਼ਿਆਦਾ ਪਿਆਰ ਆ, ਉਹਨਾਂ ਨੂੰ ਬਹੁਤ ਸ਼ੌਂਕ ਆ ਖੇਤੀ ਦਾ। ਸੋ ਉਹ ਆਪਣੇ ਭਰਾ ਨਾਲ ਵੀ ਕੰਮ ਵਿੱਚ ਹੱਥ ਵਟਾਉਂਦੇ ਆ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਰੇਸ਼ਮ ਸਿੰਘ ਅਨਮੋਲ ਜੀ ਦੀ ਅਰਲੀ ਲਾਈਫ ਬਾਰੇ। ਦੋਸਤੋ, ਰੇਸ਼ਮ ਸਿੰਘ ਅਨਮੋਲ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ, ਉਹਨਾਂ ਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਪਰ ਉਹਨਾਂ ਦੇ ਬਚਪਨ ਵਿੱਚ ਉਹਨਾਂ ਦੇ ਘਰ ਦੇ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਸਨ, ਪਰ ਰੇਸ਼ਮ ਸਿੰਘ ਅਨਮੋਲ ਨੇ ਆਪਣਾ ਪੈਸ਼ਨ ਨਹੀਂ ਛੱਡਿਆ। ਉਹ ਅਕਸਰ ਹੀ ਜਦੋਂ ਵੀ ਕਿਤੇ ਫੰਕਸ਼ਨ ਹੁੰਦਾ ਸੀ ਤਾਂ ਉਹ ਜ਼ਰੂਰ ਪਰਫਾਰਮ ਕਰਦੇ ਸਨ, ਚਾਹੇ ਉਹਨਾਂ ਦੇ ਪਿੰਡ ਵਿੱਚ ਰਾਮਲੀਲਾ ਹੁੰਦੀ ਸੀ, ਉਹ ਉੱਥੇ ਵੀ ਘਰਦਿਆਂ ਤੋਂ ਚੋਰੀ ਜਾ ਕੇ ਪਰਫਾਰਮ ਕਰਦੇ ਸਨ, ਗੀਤ ਗਾਉਂਦੇ ਸਨ, ਪਰ ਲੋਕ ਉਹਨਾਂ ਦੀ ਸਿੰਗਿੰਗ ਨੂੰ ਪਸੰਦ ਕਰਦੇ ਸੀ। ਤੇ ਦੋਸਤੋ, ਰੇਸ਼ਮ ਸਿੰਘ ਅਨਮੋਲ ਅਕਸਰ ਹੀ ਜਦੋਂ ਉਹਨਾਂ ਦੇ ਸਕੂਲ ਵਿੱਚ ਸ਼ਨੀਵਾਰ ਨੂੰ ਬਾਲ ਸਭਾ ਹੁੰਦੀ ਸੀ ਤਾਂ ਉੱਥੇ ਵੀ ਪਰਫਾਰਮ ਕਰਦੇ ਰਹਿੰਦੇ ਸਨ ਤੇ ਉਹਨਾਂ ਦੇ ਸਾਥੀ ਸਟੂਡੈਂਟ ਤੇ ਟੀਚਰ ਸਹਿਬਾਨ ਉਹਨਾਂ ਦੀ ਬਹੁਤ ਜ਼ਿਆਦਾ ਹੌਸਲਾ ਅਫਜਾਈ ਕਰਦੇ ਸਨ, ਕਿਉਂਕਿ ਰੇਸ਼ਮ ਸਿੰਘ ਅਨਮੋਲ ਬਹੁਤ ਹੀ ਵਧੀਆ ਗਾਉਂਦੇ ਸਨ। ਤੇ ਇੱਕ ਵਾਰ ਦੀ ਗੱਲ ਆ ਦੋਸਤੋ, ਉਹਨਾਂ ਦੇ ਸਕੂਲ ਵਿੱਚ ਹਰਿਆਣਾ ਦੇ CM ਮਾਸਟਰ ਹੁਕਮ ਸਿੰਘ ਜੀ ਆਏ, ਕਿਉਂਕਿ ਉਸ ਦਿਨ ਲਾਈਵ ਸ਼ੋਅ ਤੇ ਸੁਰਿੰਦਰ ਸ਼ਿੰਦਾ ਜੀ ਨੇ ਆਉਣਾ ਸੀ ਪਰ ਉਹ ਕਿਸੇ ਕਾਰਨ ਥੋੜ੍ਹਾ ਲੇਟ ਹੋ ਗਏ ਤੇ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਨੇ ਰੇਸ਼ਮ ਸਿੰਘ ਅਨਮੋਲ ਨੂੰ ਸਟੇਜ ਤੇ ਚੜ੍ਹਾਤਾ ਤੇ ਕਹਿਤਾ ਪੁੱਤਰ ਤੂੰ ਗਾਣਾ ਸੁਣਾ। ਫਿਰ ਰੇਸ਼ਮ ਸਿੰਘ ਨੇ ਗੁਰਦਾਸ ਮਾਨ ਸਾਹਿਬ ਦਾ ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਗੀਤ ਗਾਇਆ ਤੇ ਸਾਰੇ ਸਟੂਡੈਂਟਸ ਨੇ ਤੇ ਟੀਚਰ ਸਹਿਬਾਨ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਹਰਿਆਣਾ ਦੇ CM ਮਾਸਟਰ ਹੁਕਮ ਸਿੰਘ ਜੀ ਨੇ ਖਾਸ ਤੌਰ ਤੇ ਰੇਸ਼ਮ ਸਿੰਘ ਅਨਮੋਲ ਦੀ 500 ਰੁਪਏ ਨਾਲ ਹੌਸਲਾ ਅਫਜਾਈ ਕੀਤੀ ਤੇ ਇਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਨੂੰ ਹੋਰ ਵੀ ਜ਼ਿਆਦਾ ਹੌਸਲਾ ਮਿਲਿਆ। ਤੇ ਦੋਸਤੋ, ਰੇਸ਼ਮ ਸਿੰਘ ਅਨਮੋਲ ਨੇ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ DAV ਕਾਲਜ ਅੰਬਾਲਾ BSc ਨੌਨ ਮੈਡੀਕਲ ਵਿੱਚ ਦਾਖਲਾ ਲਿਆ ਤੇ ਉਹਨਾਂ ਨੇ BSc ਫਸਟ ਈਅਰ ਵਿੱਚ ਹੀ ਜਦੋਂ ਉਹਨਾਂ ਦੇ ਕਾਲਜ ਵਿੱਚ ਫੰਕਸ਼ਨ ਹੋਇਆ ਤਾਂ ਉਹਨਾਂ ਨੇ ਆਪਣੀ ਸਿੰਗਿੰਗ ਦੀ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ, ਜਿਸ ਕਰਕੇ ਜੋ ਨੈਕਸਟ ਕੰਪੀਟੀਸ਼ਨ ਹੋਣਾ ਸੀ ਉਸ ਲਈ ਉਹ ਚੁਣੇ ਗਏ ਤੇ ਉਹਨਾਂ ਦੀ ਤਸਵੀਰ ਇੱਕ ਅਖਬਾਰ ਵਿੱਚ ਆਈ। ਤੇ ਦੋਸਤੋ, ਜਦੋਂ ਫਿਰ ਉਹਨਾਂ ਦੀ ਤਸਵੀਰ ਅਖਬਾਰ ਵਿੱਚ ਉਹਨਾਂ ਦੇ ਘਰਦਿਆਂ ਨੇ ਦੇਖੀ ਜੋ ਪਹਿਲਾਂ ਸਪੋਰਟ ਨਹੀਂ ਕਰਦੇ ਸਨ, ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਦਾ ਪੂਰਾ ਪਰਿਵਾਰ ਫਿਰ ਰੇਸ਼ਮ ਸਿੰਘ ਅਨਮੋਲ ਨੂੰ ਸਪੋਰਟ ਕਰਨ ਲੱਗ ਪਿਆ। ਤੇ ਦੋਸਤੋ, ਫਿਰ ਕਦੇ ਰੇਸ਼ਮ ਸਿੰਘ ਅਨਮੋਲ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਫਿਰ ਆਵਾਜ਼ ਪੰਜਾਬ ਦੀ 3 ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਉਹ ਫਾਈਨਲਿਸਟ ਵੀ ਬਣੇ, ਪਰ ਉਹ ਜਿੱਤ ਨਹੀਂ ਸਕੇ। ਪਰ ਦੋਸਤੋ, ਉਹਨਾਂ ਨੇ ਇਸ ਨੂੰ ਵੀ ਪੋਜ਼ਿਟਿਵ ਲੈਂਦੇ ਹੋਏ ਆਪਣਾ ਹੌਸਲੇ ਨੂੰ ਘੱਟ ਨਹੀਂ ਕੀਤਾ, ਉਹ ਇਸੇ ਤਰ੍ਹਾਂ ਅੱਗੇ ਵਧਦੇ ਗਏ ਤੇ ਇਸੇ ਸ਼ੋਅ ਦੌਰਾਨ ਹੀ ਉਹਨਾਂ ਨੂੰ ਦੇਵ ਤਰੀਕਿਆਂ ਵਾਲੇ ਜੋ ਕਿ ਆਪਣੇ ਬਹੁਤ ਹੀ ਮਹਾਨ ਗੀਤਕਾਰ ਆ ਉਹਨਾਂ ਨੇ ਸੁਣਿਆ ਤੇ ਦੇਵ ਤਰੀਕਿਆਂ ਵਾਲੇ ਨੇ ਹੀ ਉਹਨਾਂ ਨੂੰ ਕੁਲਦੀਪ ਮਾਨਕ ਸਾਹਿਬ ਨਾਲ ਮਿਲਾਇਆ। ਜਦੋਂ ਕੁਲਦੀਪ ਮਾਨਕ ਸਾਹਿਬ ਨੇ ਰੇਸ਼ਮ ਸਿੰਘ ਅਨਮੋਲ ਦੇ ਮੂੰਹੋਂ ਹੀਰ ਦੀ ਕਲੀ ਸੁਣੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਨੇ ਰੇਸ਼ਮ ਸਿੰਘ ਅਨਮੋਲ ਨੂੰ ਆਪਣੀ ਜੱਫੀ ਵਿੱਚ ਲੈ ਲਿਆ ਤੇ ਇਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਨੇ ਸਿੰਗਿੰਗ ਦੀਆਂ ਬਰੀਕੀਆਂ ਕੁਲਦੀਪ ਮਾਨਕ ਸਾਹਿਬ ਤੋਂ ਸਿੱਖੀਆਂ, ਤਾਂ ਹੀ ਜਦੋਂ ਉਹ ਕਦੇ ਵੀ ਸਟੇਜ 'ਤੇ ਪਰਫਾਰਮ ਕਰਦੇ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਰੇਸ਼ਮ ਸਿੰਘ ਅਨਮੋਲ ਵਿੱਚੋਂ ਕੁਲਦੀਪ ਮਾਨਕ ਸਾਹਿਬ ਦੀ ਝਲਕ ਪੈਂਦੀ ਆ। ਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਰੇਸ਼ਮ ਸਿੰਘ ਅਨਮੋਲ ਦੇ ਮਿਊਜ਼ਿਕ ਕਰੀਅਰ ਬਾਰੇ। ਦੋਸਤੋ, ਰੇਸ਼ਮ ਸਿੰਘ ਅਨਮੋਲ ਦੀ ਡੈਬਿਊ ਐਲਬਮ ਆਈ ਸੀ 2009 ਵਿੱਚ ਦੀ ਬਿਗਨਿੰਗ। ਹੁਣ ਤੱਕ ਰੇਸ਼ਮ ਸਿੰਘ ਅਨਮੋਲ ਦੀਆਂ 3 ਐਲਬਮਸ ਆ ਚੁੱਕੀਆਂ। ਜੇ ਦੋਸਤੋ ਆਪਾਂ ਰੇਸ਼ਮ ਸਿੰਘ ਅਨਮੋਲ ਦੇ ਹਿੱਟ ਸੌਂਗਸ ਦੀ ਗੱਲ ਕਰੀਏ ਤਾਂ ਉਹ ਨੇ ਸੁਰਮਾ, ਨਾਗਨੀ, ਹੀਰ ਦੀ ਕਲੀ, ਤੇਰੇ ਪਿੰਡ,
ਚੇਤੇ ਕਰਦਾ, ਰਾਹੂ ਕੇਤੂ ਤੇ ਇਸ ਤੋਂ ਬਿਨਾਂ ਵੀ ਉਹਨਾਂ ਦੇ ਹੁਣ ਤੱਕ ਬਹੁਤ ਸਾਰੇ ਗਾਣੇ ਸੁਪਰ ਹਿੱਟ ਰਹਿ ਚੁੱਕੇ ਆ। ਹੁਣ ਦੋਸਤੋ ਆਪਾਂ ਉਹਨਾਂ ਦੇ ਅਵਾਰਡਸ ਦੀ ਗੱਲ ਕਰਦੇ ਹਾਂ। ਦੋਸਤੋ ਰੇਸ਼ਮ ਸਿੰਘ ਅਨਮੋਲ ਨੂੰ ਬੈਸਟ ਫੋਕ ਸਿੰਗਰ ਅਵਾਰਡ 2011 ਵਿੱਚ ਮਿਲਿਆ। ਇਸ ਤੋਂ ਬਿਨਾਂ ਦੋਸਤੋ ਰੇਸ਼ਮ ਸਿੰਘ ਅਨਮੋਲ ਲਗਾਤਾਰ 3 ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਆ ਪੰਜਾਬੀ ਤੇ ਹਰਿਆਣਵੀ ਸਿੰਗਿੰਗ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ। ਤੇ ਦੋਸਤੋ ਰੇਸ਼ਮ ਸਿੰਘ ਅਨਮੋਲ ਦੇ ਫੇਵਰੇਟ ਸਿੰਗਰਸ ਨੇ ਗੁਰਦਾਸ ਮਾਨ, ਕੁਲਦੀਪ ਮਾਣਕ ਤੇ ਮਨਮੋਹਨ ਵਾਰਸ ਸਾਹਿਬ। ਜੇ ਦੋਸਤੋ ਆਪਾਂ ਉਹਨਾਂ ਦੀ ਹੋਬੀਜ਼ ਦੀ ਗੱਲ ਕਰੀਏ ਤਾਂ ਰੇਸ਼ਮ ਸਿੰਘ ਅਨਮੋਲ ਨੂੰ ਲਾਈਵ ਸਿੰਗਿੰਗ, ਫਾਰਮਿੰਗ ਤੇ ਮਿਊਜ਼ਿਕ ਦਾ ਬਹੁਤ ਜ਼ਿਆਦਾ ਸ਼ੌਂਕ ਆ। ਦੋਸਤੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਰੇਸ਼ਮ ਸਿੰਘ ਅਨਮੋਲ ਦੀਆਂ ਕਾਰਾਂ ਤੇ ਘਰ ਬਾਰੇ। ਦੋਸਤੋ ਰੇਸ਼ਮ ਸਿੰਘ ਅਨਮੋਲ ਕੋਲ ਆਡੀ ਤੇ ਸਫਾਰੀ ਕਾਰ ਆ ਤੇ ਉਹਨਾਂ ਦਾ ਜੋ ਜੱਦੀ ਘਰ ਆ ਉਹ ਉਹਨਾਂ ਦੇ ਪਿੰਡ ਨਖਟਪੁਰੀ ਆ। ਇਸ ਤੋਂ ਬਿਨਾਂ ਅੱਜ ਕੱਲ੍ਹ ਰੇਸ਼ਮ ਸਿੰਘ ਅਨਮੋਲ ਚੰਡੀਗੜ੍ਹ ਵਿਖੇ ਰਹਿ ਰਹੇ ਆ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ। ਜੇਕਰ ਤੁਹਾਡੀ ਕੋਈ ਫਰਮਾਇਸ਼ ਆ ਤਾਂ ਤੁਸੀਂ ਮੈਨੂੰ ਆਪਣਾ ਬੋਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ, ਪਲੀਜ਼ ਉਹ ਲਾਈਕ ਕਰ ਲਓ। ਉੱਥੇ ਤੁਸੀਂ ਮੈਨੂੰ ਆਪਣੀ ਫਰਮਾਇਸ਼ ਜਾਂ ਕੋਈ ਸਵਾਲ ਜਾਂ ਸੁਝਾਅ ਭੇਜ ਸਕਦੇ ਹੋ, ਮੈਂ ਤੁਹਾਡਾ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਇਹਨੇ ਸ਼ਬਦ ਨਾਲ ਲੈਂਦੇ ਹਾਂ ਇਜਾਜ਼ਤ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।